1984 ਦੇ ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਜਗਦੀਸ਼ ਟਾਈਟਲਰ ਨੇ ਇਹ ਕਬੂਲਿਆ ਕਿ ਜਿਸ ਵੇਲੇ ਇਹ ਘਟਨਾਵਾਂ ਵਾਪਰ ਰਹੀਆਂ ਸਨ ਉਸ ਵੇਲੇ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਉਹ ਅਤੇ ਰਾਜੀਵ ਗਾਂਧੀ ਉਕਤ ਘਟਨਾਵਾਂ ਵਾਲੇ ਸਥਾਨਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜੀਵ ਗਾਂਧੀ ਦਾ ਨਾਮ ਕਿਸੇ ਵੱਲੋਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ ਸੀ। ਹੁਣ ਇਸ ਦੇ ਉੱਤੇ ਸਿੱਖ ਭਾਈਚਾਰੇ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ। ਅੱਜ ਮਾਨਸਾ ਦੇ ਵਿੱਚ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੇ ਉੱਤੇ ਸਿੱਖ ਭਾਈਚਾਰੇ ਦੇ ਵੱਲੋਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਅਵਾਰਡ ਵਾਪਸ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਜਿਹੜਾ ਯੂਥ ਕਲੀਲ ਮਾਨਸਾ ਵੱਲੋਂ ਜਗਦੀਸ਼ ਟਾਈਟਲਰ ਦਾ ਇਹ ਪੁਤਲਾ ਫੂਕਿਆ ਗਿਆ, ਜਗਦੀਸ਼ ਟਾਈਟਲਰ ਨੇ ਇਹ ਮੰਨ ਲਿਆ ਵੀ ਜਿਹੜਾ ਇਹ 1984 'ਚ ਦੰਗੇ ਹੋਏ ਹੈ, ਠੀਕ ਹੈ, ਉਹਦੇ ਵਾਸਤੇ ਉਹਨਾਂ ਨੇ ਮੰਨ ਲਿਆ ਵੀ ਇਹ 'ਚ ਅਸੀਂ ਜਿਹੜਾ ਦੁਸ਼ਮਣ ਹੈ ਇਹਨਾਂ ਦੇ ਸਿੱਖਾਂ ਦੇ ਅਤੇ ਰਾਜੀਵ ਗਾਂਧੀ ਉਸ ਦੇ ਵਿੱਚ ਭਾਗੀਦਾਰ ਨੇਗੇ। ਇਸ ਕਰਕੇ ਜਿਹੜਾ ਯੂਥ ਅਕਾਲੀ ਦਲ ਦੀ ਜਿਹੜੀ ਟੀਮ ਹੈ ਸਾਰੀ ਮਾਨਸਾ ਜ਼ਿਲ੍ਹੇ ਦੀ ਇਹ ਮੰਗ ਕਰਦੀ ਹੈ ਵੀ ਇਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇ ਅਤੇ ਇਹਨਾਂ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ। ਜਦ ਤੱਕ ਇਹਨਾਂ ਦੇ FIR ਦਰਜ ਨਹੀਂ ਹੁੰਦੀ ਉਦੋਂ ਤੱਕ ਯੂਥ ਅਕਾਲੀ ਦਲ ਦੀ ਟੀਮ ਹੈ ਜਿਹੜੀ ਇਹ ਸੰਘਰਸ਼ ਪਿੱਛੇ ਨਹੀਂ ਹਟੂਗੀ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ 1984 ਦੇ ਦੌਰਾਨ ਜੋ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ ਜਗਦੀਸ਼ ਟਾਈਟਲ ਵਰਗੇ ਮੁੱਖ ਦੋਸ਼ੀਆਂ ਵੱਲੋਂ, ਸ਼੍ਰੋਮਣੀ ਅਕਾਲੀ ਦਲ ਪਿਛਲੇ 30-35 ਸਾਲਾਂ ਤੋਂ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸੰਘਰਸ਼ ਕਰਦੀ ਆ ਰਹੀ ਆ, ਪਰ ਜਗਦੀਸ਼ ਟਾਈਟਲ ਵੱਲੋਂ ਪਿਛੇ ਦਿਨੀ ਖੁਦ ਆਪਣੇ ਜਵਾਨ ਰਾਹੀਂ ਇਹ ਗੱਲ ਕਬੂਲ ਕੀਤੀ ਕਿ ਉਸ ਸਮੇਂ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਹਨਾਂ ਦਿਨਾਂ ਕਾਰ ਦੇ ਵਿੱਚ ਸਵਾਰ ਹੋ ਕੇ ਖੁਦ ਇਹ ਮੌਕੇ ਨੂੰ ਜਦੋਂ ਸਿੱਖ ਕੌਮ ਨੂੰ ਦੇ ਜਵਾਨਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਕਲਾਂ ਦੇ ਵਿੱਚ ਟਾਇਰ ਪਾ ਕੇ ਫੂਕਿਆ ਜਾ ਰਿਹਾ ਸੀ ਤਾਂ ਉਦੋਂ ਖੁਦ ਇਹਦਾ ਨਿਰੀਖਣ ਕਰ ਰਿਹਾ ਸੀ। ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਾ ਦਿੱਲੀ ਦੇ ਵਿੱਚ ਫੌਜ ਨੂੰ ਅਤੇ ਨਾ ਪੁਲਿਸ ਨੂੰ ਇਹ ਕੋਈ ਹੁਕਮ ਦਿੱਤਾ ਵੀ ਇਸ ਕਤਲੇਆਮ ਨੂੰ ਰੋਕਿਆ ਜਾਵੇ। ਬਕਾਇਦਾ ਤੌਰ ਦੇ ਉੱਤੇ ਉਹ ਇਹ ਨਿਰੀਖਣ ਕਰ ਰਹੇ ਸੀ ਕਿ ਕਾਂਗਰਸੀ ਗੁੰਡਿਆਂ ਵੱਲੋਂ ਕਿਸ ਤਰ੍ਹਾਂ ਧੀਆਂ ਭੈਣਾਂ ਨੂੰ ਦੀਆਂ ਇੱਜ਼ਤਾਂ ਨੂੰ ਲੁੱਟਿਆ ਜਾ ਰਿਹਾ, ਕਿਸ ਤਰ੍ਹਾਂ ਮਾਸੂਮ ਬੱਚਿਆਂ ਨੂੰ ਅਗਨੀ ਭੇਟ ਕੀਤਾ ਜਾ ਰਿਹਾ, ਗਲਾਂ ਦੇ ਵਿੱਚ ਟਾਇਰ ਪਾ ਕੇ ਫੂਕਿਆ ਜਾ ਰਿਹਾ ਤਾਂ ਕਿ ਉਹਨਾਂ ਗੁੰਡਿਆਂ ਨੂੰ ਉੱਚ ਪਦਵੀਆਂ ਦਿੱਤੀਆਂ ਜਾ ਸਕਣ। ਜਗਦੀਸ਼ ਟਾਈਟਲਰ ਦੇ ਮੁੱਖੋਂ ਨਿਕਲੇ ਇਸ ਬਿਆਨ ਨੇ ਸਪਸ਼ਟ ਕਰ ਦਿੱਤਾ ਕਿ ਕਾਂਗਰਸ ਪਾਰਟੀ ਨੇ ਇੱਕ ਸਾਜ਼ਿਸ਼ ਦੇ ਅਧੀਨ ਇਹ ਜੋ ਕਤਲੇਆਮ ਦਿੱਲੀ ਦੇ ਵਿੱਚ ਕੀਤਾ ਗਿਆ ਇਹ ਕਿਨੇ ਸਾਜ਼ਿਸ਼ ਦਾ ਹਿੱਸਾ ਸੀ। ਅਤੇ ਅੱਜ ਯੂਥ ਅਕਾਲੀ ਦਲ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕਰਦਾ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਅਵਾਰਡ ਜੋ ਦਿੱਤਾ ਹੋਇਆ ਵਾਪਸ ਲਿੱਤਾ ਜਾਵੇ ਅਤੇ ਜਗਦੀਸ਼ ਟਾਈਟਲ ਨੂੰ ਬਿਨਾਂ ਦੇਰੀ ਤੋਂ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਜਾਣ ਅਤੇ ਰਾਜੀਵ ਗਾਂਧੀ ਦੇ ਉੱਤੇ FIR ਦਰਜ ਕੀਤੀ ਜਾਵੇ। ਇਹ ਅੱਜ ਯੂਥ ਅਕਾਲੀ ਦਲ ਨੇ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਤੋਂ ਅਪੀਲ ਕੀਤੀ ਹੈ। ਯੂਥ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਵੱਲੋਂ ਜੋ ਅੱਜ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ ਗਿਆ ਉਹ ਇਸ ਕਰਕੇ ਫੂਕਿਆ ਗਿਆ ਕਿ 1 ਨਵੰਬਰ 1984 ਦੇ ਵਿੱਚ ਜੋ ਸਿੱਖ ਕੌਮ ਦਾ ਘਾਣ ਹੋਇਆ ਦਿੱਲੀ ਸ਼ਹਿਰ ਦੇ ਵਿੱਚ ਉਸ ਦੇ ਵਿੱਚ ਜਗਦੀਸ਼ ਟਾਈਟਲਰ ਵੱਲੋਂ ਕਬੂਲਨਾਮਾ ਕਬੂਲ ਕੀਤਾ ਗਿਆ ਕਿ ਮੈਂ ਅਤੇ ਉਸ ਸਮੇਂ ਮੌਕੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਅਸੀਂ ਦੋਨੋਂ ਇੱਕ ਗੱਡੀ ਦੇ ਵਿੱਚ ਸੀ। ਅਸੀਂ ਸਿੱਖ ਕੌਮ ਦਾ ਕਤਲੇਆਮ ਜਦੋਂ ਉਹਨਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਜਾ ਰਿਹਾ ਸੀ ਅਸੀਂ ਉਹ ਆਪਣੇ ਅੱਖੀਂ ਵੇਖ ਰਹੇ ਸੀ, ਇਹ ਕਬੂਲ ਕੀਤਾ ਗਿਆ। ਸੋ ਸਾਡੀ ਯੂਥ ਅਕਾਲੀ ਦਲ ਔਰ ਅਕਾਲੀ ਦਲ ਪਾਰਟੀ ਦੀ ਇਹ ਮੰਗ ਹੈ ਕਿ ਇਸ ਕਬੂਲਨਾਮੇ ਦੇ ਆਧਾਰ ਉੱਪਰ ਜਗਦੀਸ਼ ਟਾਈਟਲਰ ਉੱਪਰ ਜੋ FIR ਆ ਉਹ ਦਰਜ ਕੀਤੀ ਜਾਵੇ। ਔਰ 34 ਸਾਲ ਦਾ ਬੜਾ ਲੰਮਾ ਸਮਾਂ ਹੋ ਗਿਆ ਸਿੱਖ ਕੌਮ ਨੂੰ ਸੰਘਰਸ਼ ਕਰਦਿਆਂ, ਔਰ ਅੱਜ ਇਹ ਸਮਾਂ ਆ ਗਿਆ ਕਿ ਇਹਨਾਂ ਕਾਤਲਾਂ ਨੂੰ ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਦੇ ਕਾਤਲ ਹੈ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ, ਸੋ ਜਿਹੜੇ ਕਾਂਗਰਸੀ 1 ਨਵੰਬਰ 1984 ਦੇ ਕਤਲੇਆਮ ਜਿਨ੍ਹਾਂ ਨੇ ਕਰਵਾਇਆ ਜਗਦੀਸ਼ ਟਾਈਟਲਰ ਵਰਗੇ ਅੱਜ ਫਾਹੇ ਲੱਗਣੇ ਚਾਹੀਦੇ ਆ। ਮਾਨਸਾ ਤੋਂ ਅਮਰਜੀਤ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ TV।